ਸਵਾਗਤ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਲਾਈਵ ਮਾਰਨਿੰਗ ਪ੍ਰੋਗਰਾਮ ਗੱਲਾਂ ਤੇ ਗੀਤ ਮੈਂ ਹਾਂ ਸ਼ੁਕਰਗੁਜ਼ਾਰ ਸਿੰਘ ਤੇ ਮੇਰੇ ਨਾਲ ਹੋਣਗੇ ਕਮਲ ਸ਼ੁਕਰੀਆ ਸ਼ੁਕਰਗੁਜ਼ਾਰ ਸਿੰਘ ਜੀ ਜਿਵੇਂ ਕਿ ਦਰਸ਼ਕੋ ਤੁਹਾਨੂੰ ਪਤਾ ਹੈ ਅਸੀਂ ਹਰ ਰੋਜ਼ ਇੱਕ ਵਿਸ਼ਾ ਲੈ ਕੇ ਆਉਂਦੇ ਹਾਂ ਔਰ ਵਿਸ਼ੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੁਹਾਡੀਆਂ ਗੱਲਾਂ ਹੁੰਦੀਆਂ ਨੇ ਸਾਡੇ ਕੁਝ ਸਵਾਲ ਹੁੰਦੇ ਨੇ ਸਾਡੇ ਮਾਹਿਰ ਮਹਿਮਾਨ ਹੁੰਦੇ ਨੇ ਜਿਨ੍ਹਾਂ ਪਾਸੋਂ ਅਸੀਂ ਪੂਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਤੁਹਾਡੀ ਟੀਵੀ ਸਕਰੀਨ ਤੇ ਕੁਝ ਹੀ ਪਲਾਵਾ ਤੁਹਾਨੂੰ ਨਜ਼ਰ ਆਵੇਗਾ ਪਰ ਉਸ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਗੱਲ ਕਰਨਾ ਚਾਹੁੰਦੇ ਹਾਂ ਜਿਵੇਂ ਕਿ ਸ਼ੁਕਰਗੁਜ਼ਾਰ ਅੱਜ ਅਸੀਂ ਮਨਾ ਰਹੇ ਹਾਂ ਜਿਹੜਾ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਹਾਂਜੀ ਬਿਲਕੁਲ ਬਿਲਕੁਲ ਔਰ ਜਿਹੜਾ ਇਹ ਦਿਵਸ ਹੈ ਕਿੰਨਾ ਕੁ ਮਤਲਬ ਸਾਡੇ ਲਈ ਅਹਿਮ ਰੱਖਦਾ ਹੈ ਕਿਉਂਕਿ ਸਮਾਜ ਦੇ ਵਿੱਚ ਅਸੀਂ ਦਿਵਿਆਂਗ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਬਰਾਬਰ ਦੇ ਰੱਖਦੇ ਹਾਂ ਤਾਂ ਕਿ ਉਹਨਾਂ ਨੂੰ ਮਨ ਚ ਇਹ ਨਾ ਆਵੇ ਕਿ ਸਾਡੇ ਨਾਲ ਕੋਈ ਭੇਦਭਾਵ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਲੋਕ ਕਿਤੇ ਨਾ ਕਿਤੇ ਫਿਜ਼ੀਕਲੀ ਹੈਂਡੀਕੈਪ ਨੇ ਜਾਂ ਕਹਿ ਲੋ ਕਿ ਜੋ ਫਿਜ਼ੀਕਲੀ ਸੰਪੂਰਨ ਨਹੀਂ ਨੇ ਸਰੀਰਕ ਤੌਰ ਤੇ ਸੰਪੂਰਨ ਨਹੀਂ ਹੈ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਸਾਥ ਦਈਏ ਤੇ ਦੋਸਤਾਂ ਨੂੰ ਅਸੀਂ ਵੀ ਗੁਜ਼ਾਰਿਸ਼ ਕਰਾਂਗੇ ਕਿ ਅੱਜ ਦਾ ਸਾਡਾ ਵਿਸ਼ਾ ਨੋਟ ਕਰ ਲਓ ਅੱਜ ਦਾ ਸਾਡਾ ਵਿਸ਼ਾ ਹੋਵੇਗਾ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਤੇ ਸਾਡਾ ਫੋਨ ਨੰਬਰ ਹੋਵੇਗਾ 0181 281 4261 0181 281 4264 ਜੀ ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸ਼ਿਰਕਤ ਕਰਨੀ ਹੈ ਔਰ ਨਾਲ ਦੀ ਨਾਲ ਇੱਕ ਗੁਜ਼ਾਰਿਸ਼ ਕਰਦੇ ਹਾਂ ਜਦੋਂ ਵੀ ਤੁਸੀਂ ਸਾਡੇ ਨਾਲ ਗੱਲ ਕਰੋ ਤੇ ਆਪਣੇ ਟੀਵੀ ਸੈੱਟ ਦੀ ਆਵਾਜ਼ ਬਿਲਕੁਲ ਬੰਦ ਕਰ ਦਿਓ ਤਾਂ ਕਿ ਤੁਹਾਡੀ ਤੇ ਸਾਡੀ ਗੱਲ ਸਾਫ਼ ਤੇ ਸਪਸ਼ਟ ਹੋ ਸਕੇ ਔਰ ਇਸ ਵਿਸ਼ੇ ਉੱਤੇ ਪੂਰੀ ਜਾਣਕਾਰੀ ਦੇਣ ਦੇ ਲਈ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ ਸਾਡੇ ਅੱਜ ਖਾਸ ਮਹਿਮਾਨ ਸਟੂਡੀਓ ਦੇ ਵਿੱਚ ਪਹੁੰਚੇ ਨੇ ਸ਼੍ਰੀ ਮਿੱਤਰ ਸੇਨ ਮੀਤ ਜੀ ਜਿਹੜੇ ਕਿ ਪੰਜਾਬ ਵੈਲਫੇਅਰ ਐਸੋਸੀਏਸ਼ਨ ਦੇ ਫਾਰ ਬਲਾਈਂਡ ਦੇ ਪ੍ਰੈਜ਼ੀਡੈਂਟ ਨੇ ਔਰ ਨਾਲ ਦੀ ਨਾਲ ਜ਼ਿਲ੍ਹਾ ਅਟਾਰਨੀ ਵੀ ਰਹੇ ਨੇ ਔਰ ਇਹ ਪੂਰੇ ਵਿਸ਼ੇ ਬਾਰੇ ਅਸੀਂ ਪੂਰੀ ਜਾਣਕਾਰੀ ਲੈਣੀ ਹੈ ਕਿ ਕੀ ਸਹੂਲਤਾਵਾਂ ਨੇ ਔਰ ਕਿਹੜੀਆਂ ਕਿਹੜੀਆਂ ਜਿਹੜੀਆਂ ਇਹਨਾਂ ਦੀਆਂ ਐਸੋਸੀਏਸ਼ਨ ਕੰਮ ਕਰ ਰਹੀ ਹੈ ਸਭ ਤੋਂ ਪਹਿਲਾਂ ਸ਼੍ਰੀ ਮਿੱਤਰ ਸੇਨ ਮੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਸਰ ਮੈਂ ਸਵਾਲ ਲੈਣਾ ਹਾਂ ਆਪਣਾ ਪਹਿਲਾਂ ਕਿ ਤੁਸੀਂ ਜਿਸ ਤਰ੍ਹਾਂ ਪ੍ਰਧਾਨ ਹੋ ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਦੀ ਬਲਾਈਂਡ ਲਈ ਜੀ ਤੇ ਕਈ ਤਰ੍ਹਾਂ ਦੇ ਕਾਰਜ ਕਰਦੇ ਹੋ ਕਈ ਤਰ੍ਹਾਂ ਦੇ ਲੋਕਾਂ ਨਾਲ ਤੁਹਾਡਾ ਬੈਠ ਮੇਲ ਮਰਤਨ ਰਹਿੰਦਾ ਹੈ ਕਈ ਤਰ੍ਹਾਂ ਸੰਪੂਰਨ ਤੌਰ ਤੇ ਵੀ ਲੋਕੀ ਮਿਲਦੇ ਨੇ ਤੇ ਕਈ ਫਿਜ਼ੀਕਲੀ ਜੋ ਹੈਂਡੀਕੈਪ ਨੇ ਜਾਂ ਕਹਿ ਲਓ ਦਿਵਿਆਂਗ ਨੇ ਅਸੀਂ ਉਹਨਾਂ ਨੂੰ ਵੀ ਮਿਲਦੇ ਹਾਂ ਤੇ ਇਹ ਜੋ ਦਿਨ ਹੈ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਜੋ ਅੱਜ ਅਸੀਂ ਮਨਾ ਰਹੇ ਹਾਂ ਤੁਸੀਂ ਇਸ ਬਾਰੇ ਸਾਨੂੰ ਦੱਸੋ ਕਿ ਕਿਉਂ ਮਨਾਇਆ ਜਾਂਦਾ ਸੀ ਇਹਦਾ ਉਦੇਸ਼ ਕੀ ਸੀ ਕਦੋਂ ਤੋਂ ਇਹਨੂੰ ਮਨਾਉਣਾ ਸ਼ੁਰੂ ਕੀਤਾ ਇਹ ਜੋ ਮਨੁੱਖ ਦਾ ਜਦੋਂ ਜਨਮ ਹੁੰਦਾ ਜੀ ਕਈ ਮਨੁੱਖ ਕੁਦਰਤੀ ਤੌਰ ਤੇ ਕੁਝ ਇੱਕ ਜਿਹੜੀਆਂ ਡਿਸੇਬਿਲਿਟੀਜ਼ ਨੇ ਜਾਂ ਜਿਹਨਾਂ ਨੂੰ ਕਹੀਏ ਪੂਰੀ ਪੂਰਨਤਾ ਦੇ ਨਾਲ ਪੂਰਾ ਸਰੀਰ ਲੈ ਕੇ ਪੈਦਾ ਨਹੀਂ ਹੁੰਦੇ ਕੁਦਰਤ ਦੀਆਂ ਕਰੋਪੀਆਂ ਦਾ ਸ਼ਿਕਾਰ ਹੁੰਦੇ ਆ ਕੁਝ ਲੋਕ ਬਾਅਦ ਦੇ ਵਿੱਚ ਜਿਵੇਂ ਕੋਈ ਐਕਸੀਡੈਂਟਸ ਹੈ ਕੋਈ ਬਿਮਾਰੀਆਂ ਨੇ ਜਾਂ ਕਿਸੇ ਹੋਰ ਕਾਰਨਾਂ ਕਰਕੇ ਕੋਈ ਨਾ ਕੋਈ ਸਰੀਰ ਦਾ ਅੰਗ ਹੈ ਜਿਹੜਾ ਉਹ ਗਵਾ ਬੈਠਦੇ ਆ ਕਿਸੇ ਦੀ ਨਿਗਾਹ ਚਲੀ ਜਾਂਦੀ ਹੈ ਕਿਸੇ ਦੀ ਲੱਤ ਗਈ ਕਿਸੇ ਦਾ ਬਾਂਹ ਗਿਆ ਕਿਸੇ ਦੀ ਕੋਈ ਦਿਮਾਗੀ ਜਿਹੜੀ ਯਾਦਾਸ਼ਤ ਵਗੈਰਾ ਹੈ ਉਹ ਪਰੇਸ਼ਾਨੀਆਂ ਆਉਂਦੀਆਂ ਤਾਂ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਅਪੰਗ ਜਾਂ ਜਿਹੜੇ ਹੈਗੇ ਆ ਡਿਸੇਬਲਡ ਜਾਂ ਦਿਵਿਆਂਗ ਇਹਨਾਂ ਸ਼ਬਦਾਂ ਨਾਲ ਅਸੀਂ ਜਾਣਦੇ ਹਾਂ ਤੇ ਜੋ ਇਹਨਾਂ ਨੇ ਜੋ ਅੰਤਰਰਾਸ਼ਟਰੀ ਸੰਸਥਾ ਹੈਗੀ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਜਿਹੜੇ ਲੋਕ ਨੇ ਜਿਹੜੇ ਕੁਦਰਤੀ ਜਾਂ ਬਾਅਦ ਦੇ ਵਿੱਚ ਕਿਸੇ ਕਾਰਨ ਕਰਕੇ ਡਿਸੇਬਲਡ ਹੋ ਜਾਂਦੇ ਨੇ ਸਰੀਰਕ ਤੌਰ ਤੇ ਉਹਨਾਂ ਦਾ ਸਟੇਟਸ ਸਮਾਜ ਦੇ ਵਿੱਚ ਉਹ ਨਹੀਂ ਰਹਿੰਦਾ ਉਹ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ ਪਛੜ ਜਾਂਦੇ ਨੇ ਸਮਾਜ ਉਹਨਾਂ ਨੂੰ ਪੂਰਾ ਸਨਮਾਨ ਨਹੀਂ ਦਿੰਦਾ ਆਰਥਿਕ ਤੌਰ ਤੇ ਉਹ ਪੂਰੀ ਕਮਾਈ ਨਹੀਂ ਕਰ ਸਕਦੇ ਤੇ ਸਮਾਜ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਦੇ ਵਿਆਹ ਸ਼ਾਦੀਆਂ ਨੇ ਜਾਂ ਉਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਾਪਤ ਨਹੀਂ ਹਨ ਇਸ ਇਹਨਾਂ ਇੱਕ ਅਨੁਮਾਨ ਅਨੁਸਾਰ ਅੱਜ ਕੱਲ 15% ਜੋ ਦੁਨੀਆਂ ਦੀ ਆਬਾਦੀ ਹੈ ਉਹ ਅਪੰਗ ਹੈ ਜਿਹਨਾਂ ਜਿਹਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ ਤੇ ਏਡੀ ਵੱਡੀ ਸੰਖਿਆ ਨੂੰ ਇੱਕ ਮੁੱਖ ਧਾਰਾ ਦੇ ਵਿੱਚ ਲਿਆਉਣ ਲਈ UNO ਵੱਲੋਂ 1971 ਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਨੂੰ ਸਮਝਿਆ ਜਾਵੇ ਫਿਰ ਉਹਨਾਂ ਦੇ ਹੱਲ ਤਲਾਸ਼ੇ ਜਾਣ ਤੇ ਫਿਰ ਸੰਸਾਰ ਦੇ ਦੇਸ਼ਾਂ ਦੀਆਂ ਸਾਰੀਆਂ ਜੋ ਸਰਕਾਰਾਂ ਨੇ ਜਾਂ ਉੱਥੋਂ ਦੇ ਜੋ ਸੰਸਥਾਵਾਂ ਨੇ ਉਹਨਾਂ ਨੂੰ ਲਾ ਲੈ ਕੇ ਇਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾਵੇ ਇਹਨਾਂ ਦੀ ਆਰਥਿਕ ਸਮਾਜਿਕ ਔਰ ਮਨੋਵਿਗਿਆਨਕ ਜੋ ਸਮੱਸਿਆਵਾਂ ਨੇ ਉਹ ਹੱਲ ਕੀਤੀਆਂ ਜਾਣ ਇਸ ਲਈ 1971 ਦੇ ਵਿੱਚ ਇਹ 76 ਦੇ ਵਿੱਚ ਇਹ UNO ਨੇ ਫੈਸਲਾ ਲਿਆ 5 ਸਾਲ 1982 ਤੱਕ UNO ਨੇ ਸਾਰੀਆਂ ਸਮੱਸਿਆਵਾਂ ਇਹਨਾਂ ਲੋਕਾਂ ਦੀਆਂ ਸਮਝੀਆਂ ਉਹਨਾਂ ਨੂੰ ਵਿਚਾਰਿਆ ਵੱਡੇ ਪੱਧਰ 'ਤੇ
फिर 1981-92 तक एक पूरा दहाका इन्हां समस्यावां नूं बचारिया दहाका बनाया अपंग लोकां दीआं समस्यावां बारे ते फिर 1992 तो लगातार अंतरराष्ट्रीय दिवस के तौर पर यह दिवस जिहड़ा मनाया जा रहा है। हुण भी अज भी असीं 3 दिसंबर है जिहड़ा मनाउंदे आ अज भी असीं उस अंतरराष्ट्रीय दिवस के संबंध में अज इन्हां लोकां दीआं समस्यावां उन्हां दे हल उन्हां दीआं प्राप्तियां उन्हां दे होर करन वाले की रहिंदे ने हले इन्हां दीआं गल्लां बातां लई अज असीं इत्थे अज आए आ जी। ਤੁਸੀਂ ਬਹੁਤ ਬਖੂਬੀ ਤਰੀਕੇ ਦੇ ਨਾਲ ਸਾਨੂੰ ਸਾਰਾ ਹੀ ਪਿਛੋਕੜ ਜਿਹੜਾ ਬਿਆਨ ਕੀਤਾ ਪਰ ਅਸੀਂ ਇੱਥੇ ਜਾਣਨਾ ਚਾਹਾਂਗੇ ਜਿਵੇਂ ਕਿ ਇਹਨੂੰ ਇੱਕ ਅੰਤਰਰਾਸ਼ਟਰੀ ਲੈਵਲ ਤੇ ਮਨਾਇਆ ਜਾਂਦਾ ਹੈ ਤੇ ਸਾਡੇ ਭਾਰਤ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ਔਰ ਨਾਲ ਦੀ ਨਾਲ ਪੰਜਾਬ 'ਚ ਕਿਸ ਤਰ੍ਹਾਂ ਮਨਾਇਆ ਜਾਂਦਾ ਇਹਦੇ ਬਾਰੇ ਵੀ ਦੱਸਿਆ ਜਾਵੇ। ਹੁਣ ਜੋ ਇੱਕ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਫੈਸਲਾ ਕੀਤਾ ਗਿਆ ਉਹਦੇ ਵਿੱਚ ਸਾਰੇ ਵਰਲਡ ਦੇ ਲਗਭਗ ਸਾਰੇ ਦੇਸ਼ਾਂ ਨੇ ਇਸ ਨਾਲ ਸਹਿਮਤੀ ਪ੍ਰਗਟਾਈ ਕਿ ਸਮਾਜ ਦੇ ਇਸ ਜਿਹੜਾ ਪਛੜ ਚੁੱਕਿਆ ਵਰਗ ਹੈ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਯਤਨ ਕੀਤੇ ਜਾਣ ਤਾਂ ਭਾਰਤ ਸਰਕਾਰ ਨੇ ਵੀ ਇਸ ਨਾਲ ਸਹਿਮਤੀ ਪ੍ਰਗਟਾਈ ਔਰ ਉਸੇ 1992 ਤੋਂ ਹੀ 1981 ਤੋਂ ਹੀ ਜਿਹੜਾ ਭਾਰਤ ਸਰਕਾਰ ਹੈ ਉਹ ਵੀ UNO ਦੀਆਂ ਜੋ ਨੀਤੀਆਂ ਨੇ ਉਹਨਾਂ ਨੂੰ ਸਾਰੀਆਂ ਅਪਣਾਉਂਦੀਆਂ ਨੇ ਔਰ ਉਹਦੇ ਵਿੱਚ ਜੋ ਵੀ ਕੁਝ ਕੀਤਾ ਜਾ ਸਕਦਾ ਹੈ ਉਹਦੇ ਲਈ ਉਹ ਯਤਨਸ਼ੀਲ ਹੈ। ਸਭ ਤੋਂ ਪਹਿਲਾਂ ਜੋ UNO ਨੇ ਇੱਕ ਪ੍ਰੋਗਰਾਮ ਦਿੱਤਾ ਸੀ ਵੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਇਹ ਹੈ ਵੀ ਡਿਸੇਬਿਲਿਟੀ ਹੋਣ ਹੀ ਨਾ ਕਿਉਂਕਿ ਮਾਨਸਿਕ ਤੌਰ ਤੇ ਬਿਮਾਰ ਹੋ ਰਿਹਾ ਤੇ ਮਾਨਸਿਕ ਤੌਰ ਤੇ ਬਿਮਾਰ ਹੋਵੇ ਹੀ ਨਾ ਜੇ ਕੋਈ ਅਪੰਗ ਹੋ ਰਿਹਾ ਕਿਸੇ ਲੱਤ ਐਕਸੀਡੈਂਟ ਜਾ ਰਹੀ ਹੈ ਤਾਂ ਐਕਸੀਡੈਂਟ ਹੀ ਨਾ ਹੋਣ ਕੋਈ ਬਲਾਈਂਡ ਹੋ ਰਿਹਾ ਬੰਦਾ ਜਦੋਂ ਬਾਈ ਬਰਥ ਹੈ ਉਹ ਅਲੱਗ ਗੱਲ ਹੈ ਪਰ ਕਈ ਲੋਕ ਜੈਨੇਟਿਕ ਤੌਰ ਤੇ ਵੀ ਨੇ ਜਾਂ ਕੁਛ ਬਿਮਾਰੀਆਂ ਨੇ ਜਿਹੜੀਆਂ ਇਲਾਜ ਦੀ ਘਾਟ ਕਰਕੇ ਲੋਕ ਬਲਾਈਂਡ ਹੋ ਜਾਂਦੇ ਹੈ ਤਾਂ ਉਹਨਾਂ ਦੀ UNO ਦਾ ਵੱਡਾ ਸਰਕਾਰਾਂ ਦੇ ਉੱਤੇ ਇਹ ਇੱਕ ਸੁਝਾਅ ਹੈ ਵੀ ਪਹਿਲਾ ਯਤਨ ਇਹ ਕੀਤਾ ਜਾਵੇ ਵੀ ਡਿਸੇਬਿਲਿਟੀਜ਼ ਹੋਣ ਹੀ ਨਾ ਤਾਂ ਜੋ ਬਿਮਾਰੀ ਪੈਦਾ ਹੀ ਨਾ ਹੋਵੇ ਉਹਦੇ ਲਈ ਵੀ ਭਾਰਤ ਸਰਕਾਰ ਜਿਹੜੀ ਹੈ ਪੂਰੀ ਯਤਨਸ਼ੀਲ ਹੈ। ਫਿਰ ਹੈ ਵੀ ਜੇ ਹੋਊਗੀ ਚੱਲ ਰਹੇ ਨੇ ਕੁਦਰਤੀ ਤੌਰ ਤੇ ਨੇ ਤਾਂ ਉਹਨਾਂ ਲੋਕਾਂ ਦੀਆਂ ਜਿਹੜੀਆਂ ਸਮਾਜਿਕ ਸਮੱਸਿਆਵਾਂ ਨੇ ਜਿਵੇਂ ਅਸੀਂ ਲਾਈਏ ਭਾਰਤ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਪਹਿਲਾਂ ਤਾਂ ਅਸੀਂ ਉਹਨਾਂ ਲੋਕਾਂ ਦਾ ਊਈ ਨਿਰਾਦਰ ਕਰਦੇ ਹਾਂ ਮੈਂ ਅਸੀਂ ਬਲਾਈਂਡ ਨਾਲ ਮੈਂ ਸੰਬੰਧਿਤ ਹਾਂ ਤਾਂ ਅਸੀਂ ਅੰਨਾ ਕਹਿੰਦੇ ਹਾਂ ਇੱਕ ਸ਼ਬਦ ਅੰਨਾ ਜਦੋਂ ਮੂੰਹ ਨਿਕਲਦਾ ਹੈ ਤਾਂ ਉਹ ਬੰਦਾ ਜਿਹੜਾ ਸਾਹਮਣੇ ਅਗਰ ਉਹ ਸੁਣ ਰਿਹਾ ਹੈ ਜੇ ਉਹ ਬਲਾਈਂਡ ਹੈ ਵਿਚਾਰਾ ਤਾਂ ਉਹਦੀ ਜਿਹੜੀ ਪੂਰੀ ਤਰ੍ਹਾਂ ਨਾਲ ਮਾਨਸਿਕਤਾ ਜਿਹੜੀ ਹੈ ਉਹ ਇੰਜਰ ਹੋ ਜਾਂਦੀ ਹੈ ਔਰ ਉਹਦੀ ਹੀਣ ਭਾਵਨਾ ਪੈਦਾ ਹੁੰਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਫਿਰ ਅਸੀਂ ਜੇ ਕਿਸੇ ਦੀ ਬਾਂਹ ਕੱਟੀ ਗਈ ਕਿਸੇ ਗੱਲ ਕਰਕੇ ਤਾਂ ਅਸੀਂ ਟੁੰਡਾ ਕਹਿ ਦਿੰਦੇ ਹਾਂ ਔਰ ਇਹ ਸ਼ਬਦ ਹੈ ਲੰਗੜਾ ਕਹਿ ਦਿੰਦੇ ਹਾਂ ਇਹ ਜਿਹੜੇ ਸ਼ਬਦ ਨੇ ਇਹ ਅਸੀਂ ਕਈ ਵਾਰ ਜਾਣ ਬੁੱਝ ਕੇ ਬੋਲਦੇ ਹਾਂ ਜਾਂ ਸਮਾਜ ਨੇ ਇਹਨੂੰ ਅਡੋਪਟ ਕੀਤੇ ਹੋਏ ਨੇ ਤਾਂ ਉਹ ਹੀਣ ਭਾਵਨਾ ਜਿਹੜੀ ਉਹ ਆ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਯਤਨ ਜਿਹੜਾ ਹੈ ਇਹ ਭਾਰਤ ਸਰਕਾਰ ਦਾ ਵੀ ਸੰਸਥਾਵਾਂ ਦਾ ਵੀ ਔਰ UNO ਦਾ ਵੀ ਉਹਦੀ ਹੀਣ ਭਾਵਨਾ ਜਿਹੜੀ ਉਹਨੂੰ ਦੂਰ ਕੀਤਾ ਜਾਵੇ ਔਰ ਹੀਣ ਭਾਵਨਾ ਲਈ ਕਿਵੇਂ ਹੈ ਜਿਹੜਾ ਰੁਜ਼ਗਾਰ ਪਹਿਲਾਂ ਅਸੀਂ ਉਹਨੂੰ ਦੇਵਾਂਗੇ ਉਹ ਆਰਥਿਕ ਤੌਰ ਤੇ ਸੰਪੰਨ ਹੋਊਗਾ ਹੁਣ ਆਰਥਿਕ ਤੌਰ ਤੇ ਸੰਪੰਨ ਹੋਣ ਲਈ ਕਿਉਂਕਿ ਕੁਦਰਤ ਨੇ ਜਾਂ ਕਿਸੇ ਕਾਰਨ ਕਰਕੇ ਬਿਮਾਰੀ ਨੇ ਜਾਂ ਕਿਸੇ ਐਕਸੀਡੈਂਟ ਨੇ ਉਹਨਾਂ ਤੋਂ ਸਰੀਰਕ ਯੋਗਤਾ ਖੋ ਲਈ ਹੈ ਹੁਣ ਜਿਹੜਾ ਕਿ ਅਪੰਗ ਹੈ ਜਿਹਦੀ ਲੱਤ ਨਹੀਂ ਕੰਮ ਕਰਦੀ ਉਹ ਇੱਕ ਲੱਤਾਂ ਵਾਲੇ ਦੇ ਬਰਾਬਰ ਕੰਮ ਨਹੀਂ ਕਰ ਸਕਦਾ ਬਲਾਈਂਡ ਹੈ ਉਹ ਉਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ਤਾਂ ਇਹ ਪ੍ਰੋਗਰਾਮ ਨੇ ਸਰਕਾਰ ਤੌਰ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਇਹਨਾਂ ਲਈ ਕੁਝ ਕੁਝ ਆਰਥਿਕ ਜਿਹੜੇ ਹੈ ਵਸੀਲੇ ਉਹ ਕੀਤੇ ਜਾਣ ਇਹਨਾਂ ਨੂੰ ਰੁਜ਼ਗਾਰ ਸਰਕਾਰੀ ਵੀ ਦਿੱਤਾ ਜਾਵੇ ਔਰ ਇਹਨਾਂ ਦੀ ਰੁਜ਼ਗਾਰ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਇਹਨਾਂ ਨੂੰ ਲੋਨ ਪ੍ਰੋਵਾਈਡ ਕੀਤੇ ਜਾਣ ਇਹਨਾਂ ਦੀ ਲੋੜਾਂ ਅਨੁਸਾਰ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਮਾਹਰਤਾ ਜਿਹੜੀ ਮਾਹਰ ਹੋ ਜਾਣ ਉਹ ਜੇ ਬਲਾਈਂਡ ਹੈ ਉਹ ਬ੍ਰੇਲ ਵਗੈਰਾ ਨਾਲ ਕੰਪਿਊਟਰ ਦੀ ਅੱਜ ਕੱਲ੍ਹ ਦੀ ਸਹਾਇਤਾ ਨਾਲ ਟੈਕਨੋਲੋਜੀ ਨਾਲ ਉਹ ਪੜ੍ਹ ਲਿਖ ਜੇ ਕੋਈ ਹੈਂਡੀਕੈਪ ਹੈ ਤਾਂ ਉਹਦੇ ਉਸ ਤਰ੍ਹਾਂ ਦੇ ਰੁਜ਼ਗਾਰ ਉਹਨੂੰ ਦਿੱਤੇ ਜਾਣ ਜਿਹਦੇ ਨਾਲ ਉਹਦੀ ਹੈਂਡੀਕੈਪ ਹੈ ਉਹ ਉਹਦੇ ਰੁਜ਼ਗਾਰ ਦੇ ਵਿੱਚ ਵਾਹਵਾ ਨਾਮ ਨੇ ਤਾਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਜਿਹੜੀਆਂ ਹੈਗੀਆਂ ਨੇ ਉਹ ਭਾਰਤ ਸਰਕਾਰ ਵੀ ਔਰ ਪੰਜਾਬ ਸਰਕਾਰ ਵੀ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਜੀ ਤੇ ਗੱਲਾਂ ਚੋਂ ਗੱਲ ਇਹ ਨਿਕਲਦੀ ਹੈ ਕਿ ਜਿਸ ਤਰ੍ਹਾਂ ਚਲੋ ਕੁਦਰਤ ਦੀ ਕਰੋਪੀ ਕਹਿ ਲਓ ਜਾਂ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਨੇ ਜਿਸ ਤਰ੍ਹਾਂ ਵੀ ਜੇ ਕੋਈ ਦਿਵਿਆਂਗ ਹੋ ਜਾਂਦਾ ਹੈ ਹੈਂਡੀਕੈਪ ਹੋ ਜਾਂਦਾ ਹੈ ਜਾਂ ਅੰਗਹੀਣ ਹੋ ਜਾਂਦਾ ਹੈ ਤਾਂ ਗੱਲ ਇਹ ਆ ਜਾਂਦੀ ਹੈ ਕਿ ਬੰਦਾ ਆਪਣੇ ਆਪ 'ਚ ਇੱਕ ਹਿਸਾਬ ਨਾਲ ਘਰੇ ਬੈਠ ਜਾਂਦਾ ਹੈ ਉਸਦਾ ਕਈ ਵਾਰੀ ਆਤਮ ਵਿਸ਼ਵਾਸ ਵੀ ਥੱਲੇ ਚੱਲ ਜਾਂਦਾ ਹੈ ਅਤੇ ਕਈ ਵਾਰੀ ਕੀ ਹੁੰਦਾ ਹੈ ਕਿ ਜਿੱਥੋਂ ਪਰਿਵਾਰ ਦਾ ਇੱਕ ਸਾਥ ਮਿਲਣਾ ਹੁੰਦਾ ਹੈ ਜਾਂ ਦੋਸਤਾਂ ਸੱਜਣਾਂ ਮਿੱਤਰਾਂ ਦਾ ਸਾਥ ਮਿਲਣਾ ਹੁੰਦਾ ਹੈ ਉਹ ਸਾਥ ਨਹੀਂ ਮਿਲਦਾ ਅਤੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਕਿਸ ਤਰ੍ਹਾਂ ਸਾਨੂੰ ਕੋਆਪਰੇਸ਼ਨ ਕਿਸ ਤਰ੍ਹਾਂ ਦੇਣੀ ਚਾਹੀਦੀ ਉਹੀ ਜਿਹੜੀ ਹੈ ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਸ਼ਿਕਾਰ ਹੋ ਜਾਂਦਾ ਹੈ ਉਹਦਾ ਕੋਈ ਅੰਗ ਗਵਾ ਬੈਠਦਾ ਤਾਂ ਉਹਦੇ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਆ ਪਹਿਲਾਂ ਤਾਂ ਉਹਨੂੰ ਮਾਨਸਿਕਤਾ ਜਿਹੜੀ ਹੈ ਉਹ ਬਿਮਾਰ ਹੁੰਦੀ ਹੈ ਔਰ ਉਹ ਹੀਣ ਭਾਵਨਾ ਹੁੰਦੀ ਹੈ ਡਿਪਰੈਸ਼ਨ ਜਾ ਕੇ ਕੁਛ ਵੀ ਕਰ ਹੋ ਜਾਂਦਾ ਉਹਦੀ ਪ੍ਰੋਬਲਮ ਪਹਿਲਾਂ ਤਾਂ ਸਾਨੂੰ ਇਹੀ ਉਹਦੀ ਹੀਣ ਭਾਵਨਾ ਨੂੰ ਦੂਰ ਕਰਨਾ ਔਰ ਹੀਣ ਭਾਵਨਾ ਆਪਾਂ ਵਿਆਹ ਸ਼ਾਦੀ 'ਚ ਲਾਈਏ ਸਮਾਜਿਕ ਤੌਰ 'ਤੇ ਕੀ ਅਸਰ ਪੈਂਦੇ ਆ
ਆਪਾਂ ਦੇਖੀਏ ਜੇ ਕਿ ਜਿਹੜਾ ਜੇ ਕੋਈ ਬਲਾਈਂਡ ਹੈ ਨੇਤਰਹੀਨ ਵਿਅਕਤੀ ਹੈ ਉਹਦੇ ਨਾਲ ਸ਼ਾਦੀ ਨਹੀਂ ਹੁੰਦੀ ਉਹਦੀ, ਜੇ ਹੋ ਜਾਂਦੀ ਹੈ ਤਾਂ ਉਹਨੂੰ ਜਿਹੜੀ ਉਹਦੀ ਵਾਈਫ ਹੈ ਉਸ ਨੂੰ ਉਹ ਸਟੇਟਸ ਨਹੀਂ ਮਿਲਦਾ ਜੋ ਕਿ ਸਧਾਰਨ ਵਿਅਕਤੀਆਂ ਨੂੰ ਮਿਲਦਾ। ਜੇ ਬੱਚੇ ਪੈਦਾ ਹੁੰਦੇ ਨੇ ਉਹ ਵੀ ਇਹ ਮਹਿਸੂਸ ਕਰਦੇ ਨੇ ਵੀ ਅਸੀਂ ਬਲਾਈਂਡ ਦੀ ਔਲਾਦ ਆ, ਅਤੇ ਇਸ ਤਰ੍ਹਾਂ ਦੀ ਜਿਹੜੀ ਹੀਨ ਭਾਵਨਾ ਪਹਿਲਾਂ ਤਾਂ ਉਹਨੂੰ ਦੂਰ ਕਰਨੀ ਪਏਗੀ, ਪਰ ਉਹਦੇ ਲਈ ਇੱਕ ਤਾਂ ਸਮਾਜਿਕ ਤੌਰ ਦੇ ਉੱਤੇ ਸਾਨੂੰ ਉਹਨਾਂ ਨਾਲ ਤਰਸ ਨਹੀਂ, ਉਹਨਾਂ ਨੂੰ ਇੱਕ ਸਮਾਨਤਾ ਦੇ ਕੇ ਵੀ ਕੀ ਹੋ ਗਿਆ ਜੇ ਇਹਦੀ ਅੱਖਾਂ ਨਹੀਂ ਹਨ, ਕੀ ਹੋ ਗਿਆ ਜੇ ਇਹਦੀ ਲੱਤ ਜਿਹੜੀ ਹੈ ਉਹ ਖਰਾਬ ਹੋ ਗਈ, ਕੀ ਹੋ ਗਿਆ ਜੇ ਇਹਦਾ ਬਾਂਹ ਕੱਟ ਗਈ ਹੈ, ਅਸੀਂ ਵੀ ਸਾਡੇ ਵਰਗਾ ਹੀ ਹੈ, ਇੱਕ ਅੰਗ ਇੰਪੋਰਟੈਂਟ ਨਹੀਂ ਹੈ, ਉਹ ਵਿਅਕਤੀ ਹੈ ਜਿਹੜਾ ਹੈਗਾ ਉਹ ਸਾਡੇ ਲਈ ਇੰਪੋਰਟੈਂਟ ਹੈ। ਪਹਿਲਾਂ ਤਾਂ ਲੋਕਾਂ ਦਾ ਸਾਨੂੰ ਇਹ ਮਨੋਵਿਗਿਆਨ ਦੂਜੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵਿਗਾਉਣਾ ਪਏਗਾ ਵੀ ਇਹ ਵੀ ਸਾਡੇ ਵਰਗੇ ਮਨੁੱਖ ਨੇ, ਇੱਕ ਅੰਗ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਲਕਿ ਇੱਕ ਤਾਂ ਨੇਤਰਹੀਣੀ ਦਾ ਕਿਹਾ ਜਾਂਦਾ ਵੀ ਇਹਦੀ ਇੱਕ ਕਲਾ ਵੱਧ ਹੁੰਦੀ ਹੈ, ਉਹਦਾ ਵਿਗਿਆਨਕ ਆਧਾਰ ਵੀ ਹੈ ਵੀ ਅਸੀਂ ਜਿਹੜੇ ਵਿਗਿਆਨ ਸੋਚਦੇ ਹਾਂ ਵੀ ਜਿਹੜੀ ਜਿਹੜੀ ਐਨਰਜੀ ਹੈ ਅੱਖਾਂ ਰਾਹੀਂ ਉਹ ਬਹੁਤ ਐਨਰਜੀ ਅਸੀਂ ਵੇਸਟ ਕਰਦੇ ਜੋ ਸਾਡੇ ਸਰੀਰ ਦੀ ਐਨਰਜੀ ਹੈ, ਅਤੇ ਜੇ ਤੁਸੀਂ ਦੇਖੋਗੇ ਮੈਡੀਟੇਸ਼ਨ ਹੈ ਜਾਂ ਹੋਰ ਹੈ ਜਿਹੜੀ ਧਿਆਨ ਕਰਦੇ ਹਾਂ ਅਸੀਂ ਤਾਂ ਅੱਖਾਂ ਬੰਦ ਕਰਕੇ ਕਰਦੇ ਹਾਂ, ਉਹਦਾ ਪਰਪਜ ਇਹੀ ਹੁੰਦਾ ਵੀ ਸਾਡੀ ਐਨਰਜੀ ਬਾਹਰ ਨਾ ਜਾਵੇ। ਤਾਂ ਜਿਹੜੀ ਕਲਾ ਇੱਕ ਕੁਦਰਤ ਇਸੇ ਲਈ ਦਿੰਦੀ ਹੈ ਵੀ ਇੱਕ ਜੇ ਘਾਟ ਹੈ ਉਹਦੇ ਬਾਅਦ ਵੀ ਹੈ ਉਹਦੀ ਐਨਰਜੀ ਹੈ ਜਿਹੜੀ ਉਹ ਅੰਦਰ ਪ੍ਰਜਰਵ ਹੁੰਦੀ ਹੈ ਔਰ ਹੋਰ ਥਾਵੇਂ ਲੱਗਦੀ ਹੈ। ਅਸੀਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਲੋਕਾਂ 'ਚ ਪੈਦਾ ਕਰਾਂਗੇ ਵੀ ਇਹ ਲੋਕ ਸਾਡੇ ਨੂੰ ਵੱਧ ਵਧੀਆ ਲੋਕ ਨੇ, ਨਾ ਕਿ ਕੋਈ ਘਟੀਆ ਹੋ ਗਏ ਨੇ ਕੋਈ ਅੱਲ ਚਲਾ ਗਿਆ। ਤੇ ਸਾਡੇ ਇੱਕ ਦਰਸ਼ਕ ਸਾਡੇ ਨਾਲ ਜੁੜੇ ਨੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਾ ਚਾਹੁੰਦੇ ਨੇ। ਹੈਲੋ, ਗੱਲਾਂ ਤੇ ਕੀਤੀ ਸਮੁੱਚੀ ਟੀਮ ਅਤੇ ਮਿੱਤਰ ਸੁਮੀਤ ਜੀ ਨੂੰ ਉਤਾਰ ਕੇ ਵਰਕੀਆਂ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੂਰਦਰਸ਼ਨ ਨੂੰ ਵਧਾਈ ਦਾ ਪਾਤਰ ਆ ਜੀ, ਸ਼ੁਕਰੀਆ ਜੀ। ਲੋਕ ਪੱਖੀ ਸਮਾਜਿਕ ਦੇ ਜਿਹੜੇ ਚੰਗੇ ਨਤੀਜੇ ਉਹਨਾਂ ਵਾਸਤੇ ਵਧੀਆ ਤੋਂ ਵਧੀਆ ਦਿਸ਼ਾ ਲੈ ਕੇ ਆਉਂਦਾ ਜੀ। ਸਰ ਜੀ, ਅੱਜ ਵੀ ਮੈਂ ਬੇਨਤੀ ਕਰਾਂ ਕਿ ਜਿਹੜਾ ਅੱਜ ਅਸੀਂ ਮਸਲਾ ਲੜ ਰਹੇ ਬੈਠੇ ਹਾਂ ਵਿਕਲਾਂਗਾਂ ਦੇ ਸੰਬੰਧ ਚ ਜਾਂ ਸੰਬੰਧ ਚ, ਉਹ ਸੰਬੰਧ ਵਿੱਚ ਕਹਿਣਾ ਮੈਂ ਇਹ ਮੰਨਦਾ ਜੀ ਵੀ ਸਾਨੂੰ ਸਮਾਜ ਦੇ ਵਿੱਚ ਇਹ ਨਹੀਂ ਕਿ ਅਸੀਂ ਜਨਮ ਲਾ ਕੇ ਹਟ ਗਏ, ਅੱਜ ਅਸੀਂ ਜਨਮ ਲਾ ਲਿਆ ਤੇ ਭੁੱਲ ਗਏ। ਸਾਨੂੰ ਵਿਕਲਾਂਗਾਂ ਵੀ ਲੋੜਵੰਦਾਂ ਵੀ ਮਦਦ ਕਰਨੀ ਚਾਹੀਦੀ ਹੈ ਜੀ। ਸੁਣਨ ਚ ਇਹ ਆਇਆ ਵੀ ਜੇ ਕੋਈ ਅੱਖਾਂ ਤੋਂ ਨਹੀਂ ਦਿੰਦਾ ਜਿਹਦੇ ਬੰਦੇ ਨੂੰ, ਉਹ ਜਦੋਂ ਏਜ ਮਿਲਦਾ ਜਾਂ ਉਹ ਸੜਕ ਪਾਰ ਕਰਦਾ ਉਹਨੂੰ ਅਸੀਂ ਪਾਰ ਕਰਾਉਣ ਦੀ ਬਜਾਏ ਸਮਾਜ ਦੇ ਜਿਹੜੇ ਲੋਕ ਆ ਉਹਦੇ ਵੱਲ ਦੇਖ ਕੇ ਹੱਸਦੇ ਨੇ ਜੀ, ਉਹਦਾ ਮਜ਼ਾਕ ਉਡਾਉਂਦੇ ਨੇ। ਕੋਈ ਦੂਰ ਹੋਵੇ ਵਿਕਲਾਂਗ ਹੋਵੇ, ਇਹ ਨਹੀਂ ਤਾਂ ਸਮਾਜ ਨੂੰ ਨਹੀਂ ਕਰਨੀਆਂ ਚਾਹੀਦੀਆਂ ਜੀ। ਸਾਨੂੰ ਇਹਨਾਂ ਵਿਕਲਾਂਗਾਂ ਵੀ ਬਹੁਤ ਹੀ ਸਹਾਇਤਾ ਕਰਨੀ ਚਾਹੀਦੀ ਆ। ਮੇਰੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਜਿਹਨਾਂ ਨੇ ਕਿਤਾਬਾਂ ਵੀ ਲਿਖੀਆਂ ਲੋਕਾਂ ਨੂੰ, ਇਹ ਵਿਕਲਾਂਗਾਂ ਦੇ ਸਬੰਧ ਵਿੱਚ ਵੀ ਕਿਤਾਬਾਂ ਲਿਖਣ ਜਿੱਕ ਲੋਕਾਂ ਨੂੰ ਕੇਤਰਾ ਪੈਦਾ ਹੋ ਜਾਵੇ। ਸ਼ੁਕਰੀਆ ਕਾਲ ਕਰਨ ਲਈ ਸਾਡੇ ਦਰਸ਼ਕ ਨੇ ਇਹੀ ਗੱਲ ਕਿ ਕਿਤੇ ਨਾ ਕਿਤੇ ਅਸੀਂ ਵੀ ਜੇ ਕੋਈ ਫਿਜ਼ੀਕਲੀ ਠੀਕ ਨਹੀਂ ਹੈ ਅਸੀਂ ਉਸਨੂੰ ਹੋਰ ਡਿਪਰੈਸ ਕਰਦੇ ਹਾਂ ਜੀ। ਇਹੀ ਹੈ ਨਾ ਵੀ ਇਹਦੀ ਮਾਨਸਿਕਤਾ ਨੂੰ ਅਸੀਂ ਇੰਜਰ ਕਰਦੇ ਹਾਂ, ਉਹਨੂੰ ਕਿਉਂਕਿ ਅਸੀਂ ਘਟੀਆ ਸਮਝਦੇ ਹਾਂ ਸਮਾਜ ਦੇ ਵਿੱਚ। ਅਸੀਂ ਇਹੀ ਜਿਹੜਾ ਹੈ ਇਸ ਦਿਨ ਦਾ ਉਦੇਸ਼ ਇਹੀ ਹੈ ਵੀ ਉਹਦੇ ਲੋਕਾਂ ਦੇ ਵਿੱਚ ਇਹ ਜਾਗਰਤੀ ਪੈਦਾ ਕਰਨੀ ਹੈ ਵੀ ਇਹ ਨਹੀਂ ਹੈ ਅਪੰਗ ਹੋ ਗਿਆ ਫਿਰ ਕੀ ਹੋ ਗਿਆ, ਉਹਦਾ ਕੋਈ ਫਰਕ ਨਹੀਂ ਪਿਆ, ਉਹ ਸਧਾਰਨ ਮਨੁੱਖ ਹੀ ਔਰ ਸਾਡੇ ਨਾਲ ਤੇਜ਼ ਹੈ। ਜਿਵੇਂ ਮੈਂ ਕਿਹਾ ਵੀ ਨੇਤਰਹੀਣ ਦੀ ਕਲਾ ਵੱਧ ਹੈ, ਮੁਹਾਵਰਾ ਵੀ ਔਰ ਵਿਗਿਆਨਕ ਤੌਰ ਤੇ ਵੀ ਸੱਚ ਹੈ। ਅਸੀਂ ਇਹ ਪ੍ਰਚਾਰੀਏ ਵੀ ਫਿਰ ਕੀ ਹੋ ਗਿਆ ਜੇ ਉਹਦਾ ਇੱਕ ਅੰਗ ਨਹੀਂ ਕੰਮ ਕਰਦਾ, ਉਹ ਸਾਡੇ ਨੂੰ ਵੱਧ ਹੈ, ਫਿਰ ਜਿਹੜੀ ਹੈ ਉਹਦੀ ਰਿਸਪੈਕਟ ਵੀ ਬਣੂਗੀ, ਫਿਰ ਅਸੀਂ ਉਹਦੀ ਹੈਲਪ ਲਈ ਵੀ ਅੱਗੇ ਨਿਕਲਾਂਗੇ ਜਿਵੇਂ ਦੋਸਤ ਨੇ ਕਿਹਾ, ਫਿਰ ਅਸੀਂ ਉਹ ਕਰਾਂਗੇ ਤੇ ਵੱਡਾ ਹੈ ਇਹ ਸਾਡੇ ਨੂੰ ਜ਼ਿਆਦਾ ਜਿਹੜਾ ਹੈਗਾ ਗਿਆਨਵਾਨ ਬੰਦਾ ਇਹਦੀ ਮਦਦ ਕਰੀਏ। ਤੇ ਇਹ ਭਾਵਨਾ ਵੱਡਾ ਉਦੇਸ਼ ਇਹੀ ਹੈ, ਇੱਕ ਰੁਜ਼ਗਾਰ ਦੀ ਸਰਕਾਰੀ ਰਿਜ਼ਰਵੇਸ਼ਨ ਵੀ ਜ਼ਰੂਰੀ ਹੈ, ਪਰ ਉਹ ਉਦੇਸ਼ ਓਨਾ ਨਹੀਂ ਵੱਡਾ ਨਹੀਂ ਹੈ ਜਿੰਨਾ ਇਹਨਾਂ ਦੀ ਮਾਨਸਿਕਤਾ ਨੂੰ ਸਟਰੋਂਗ ਕਰਕੇ ਇਹਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆ ਕੇ ਬਰਾਬਰਤਾ ਦਾ ਅਧਿਕਾਰ ਦੇਣਾ ਜੀ। ਉਦੇਸ਼ ਦੀ ਗੱਲ ਕੀਤੀ ਹੈ ਤੇ ਇੱਥੇ ਮੈਨੂੰ ਯਾਦ ਆ ਰਿਹਾ ਕਿਉਂਕਿ ਜਦੋਂ ਅਸੀਂ ਪੜ੍ਹ ਰਹੇ ਸੀ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਜਿਹੜਾ ਕਿ ਯੂਨਾਈਟਿਡ ਨੇਸ਼ਨ ਦੇ ਵੱਲੋਂ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ, ਤੇ ਕੁੱਲ ਜਿਹੜੇ 17 ਜਿਹੜੇ ਉਦੇਸ਼ ਨੇ ਉਹ ਲੈ ਕੇ ਚੱਲ ਰਹੇ ਨੇ ਕਿ ਇਸ ਅੰਤਰਰਾਸ਼ਟਰੀ ਲੈਵਲ ਉੱਤੇ ਇਹਨਾਂ 17 ਜਿਹੜੇ ਉਦੇਸ਼ ਨੂੰ ਅਸੀਂ ਫੁਲਫਿਲ ਕਰਨਾ ਹੈ, ਕੰਪਲੀਟ ਕਰਨਾ ਹੈ, ਪੂਰਾ ਕਰਨਾ ਹੈ, ਉਹ 17 ਉਦੇਸ਼ ਅਸੀਂ ਜਾਣਨਾ ਚਾਹਾਂਗੇ ਕਿ ਕਿਹਨਾਂ ਕਿਹਨਾਂ ਦੇ ਲਈ ਕਿੱਦਾਂ ਕਿੱਦਾਂ ਕਰਕੇ ਇਹ ਬਣਾਏ ਗਏ ਨੇ ਔਰ ਕਿੱਦਾਂ ਪੂਰੇ ਕੀਤੇ ਜਾ ਸਕਦੇ ਨੇ ਜੀ। ਜਿਹੜਾ ਜਦੋਂ ਵੀ ਕੋਈ ਦਿਵਸ ਇੰਟਰਨੈਸ਼ਨਲ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਬਣਾਇਆ ਜਾਂਦਾ ਉਹ ਬੜੇ ਡੂੰਘੇ ਸੋਚ ਵਿਚਾਰ ਬਾਅਦ UNO ਨੂੰ ਬਣਾਉਂਦੀ ਹੈ, ਤਾਂ ਹਰ ਇੱਕ ਸਾਲ ਇੱਕ ਉਹ ਸਮੱਸਿਆ ਉਸ ਦਿਨ ਦੇ ਨਾਲ ਜੋ ਸੰਬੰਧਿਤ ਕੋਈ ਸਮੱਸਿਆ ਉਹਦਾ ਇੱਕ ਮੇਨ ਥੀਮ ਲੈਂਦੀ ਹੈ, ਉਸ ਥੀਮ ਦੇ ਅਨੁਸਾਰ ਫਿਰ ਅੱਗੇ ਪ੍ਰੋਗਰਾਮ ਬਣਦੇ ਨੇ। ਤਾਂ ਪਹਿਲਾਂ ਜਿਵੇਂ 2007 ਦੇ ਵਿੱਚ ਬਣਾਇਆ ਸੀਗਾ ਵੀ ਟੈਕਨੋਲੋਜੀ ਦੀ ਜਿਹੜੀ ਸਹਾਇਤਾ ਲੈ ਕੇ ਜਿਹੜਾ ਜਿਹੜੇ ਅਪੰਗ ਨੇ ਲੋਕ ਇਹਨਾਂ ਦੇ ਲਈ ਜਿਹੜਾ ਹੈ ਯਤਨ ਕੀਤੇ ਜਾਂ ਇਹਨਾਂ ਨੂੰ ਡਿਵੈਲਪਮੈਂਟ ਕੀਤੀ ਉਹ ਆਈ ਹੈ, ਜਿਵੇਂ ਅੱਜ ਕੱਲ੍ਹ ਕੰਪਿਊਟਰਾਈਜੇਸ਼ਨ ਹੈ ਉਹ 'ਚ ਐਪ ਵਗੈਰਾ ਬਣ ਗਏ ਨੇ, ਉਹਦੇ ਸੋਫਟਵੇਅਰ ਆ ਗਏ ਹੈ ਜਿਹੜੇ ਬਲਾਈਂਡ ਲਈ ਬਹੁਤ ਸਹਾਇਕ ਨੇ। ਤਾਂ ਇਸ ਤਰ੍ਹਾਂ ਹੀ 2013 ਦੇ ਵਿੱਚ ਸੀਗਾ ਜਿਹੜਾ ਬ੍ਰੇਕ ਦੀ ਬੈਰੀਅਰ ਐਂਡ ਓਪਨ ਦੀ ਡੋਰ, ਉਹ ਮਨੋਵਿਗਿਆਨਕ ਤੌਰ 'ਤੇ ਉਹਦਾ ਥੀਮ ਸੀਗਾ ਵੀ ਜਿਹੜੇ ਬੈਰੀਅਰ ਅਸੀਂ ਬਣਾ ਲਏ, ਜਿਹੜੇ ਅਸੀਂ ਲੋਕਾਂ ਨੂੰ ਆਊਟ ਕਰਤਾ ਵੀ ਇਹ ਇਹ ਆਪਾਂ ਇਹ ਲੰਗੜਾ ਹੈ ਜੀ, ਮੈਂ ਸ਼ਬਦ ਵਰਤ ਰਿਹਾ ਕਿਉਂਕਿ ਲੋਕ ਵਰਤਦੇ ਆ, ਜੇ ਇਹ ਜੀ ਟੁੰਡਾ ਹੈ ਜੀ, ਇਹ
ਅੰਨਾ ਹੈ ਜੀ ਇਸ ਤਰ੍ਹਾਂ ਦੇ ਵਿਗਿਆਨ ਜਿਹੜੇ ਉਹਨਾਂ ਦੇ ਅਸੀਂ ਜਿਹੜਾ ਅਪਸ਼ਬਦ ਵਰਤ ਕੇ ਉਹਨਾਂ ਨੂੰ ਉਹਨਾਂ ਨਾਲ ਬੈਰੀਅਰ ਬਣਾ ਲਿਆ ਸੀ ਇੱਕ ਡਿਸਟੈਂਸ ਬਣਾ ਲਿਆ ਸੀ ਫਾਸਲਾ ਬਣਾ ਲਿਆ ਸੀ ਉਹਨਾਂ ਨੂੰ ਹਾਸ਼ੀਏ 'ਤੇ ਕਰਤਾ ਸੀ ਉਹ ਬੇਸ ਸੀਗਾ ਵੀ ਇਹਨੂੰ ਬ੍ਰੇਕ ਕਰੋ ਇਹ ਜਿਹੜੇ ਜਿਹੜੇ ਅਸੀਂ ਬ੍ਰੇਕ ਕਰਨੇ ਆ ਬੈਰੀਅਰ ਜੋ ਬਣਾ ਲਈਆਂ ਅਸੀਂ ਫਾਸਲੇ ਓਪਨ ਦਾ ਡੋਰ ਦੂਸਰਾ ਸੀ ਉਹਦਾ ਓਪਨ ਦਾ ਡੋਰ ਔਰ ਇਹਨਾਂ ਲੋਕਾਂ ਲਈ ਅਸੀਂ ਆਪਣੇ ਦਰਵਾਜ਼ੇ ਖੁੱਲ੍ਹੇ ਕਰੀਏ ਇਹਨਾਂ ਨੂੰ ਆਪਣੇ ਨਾਲ ਇਨਕਲੂਡ ਕਰੀਏ ਇਹਨਾਂ ਨਾਲ ਜੋੜੀਏ ਜਫੀਆਂ ਪਾਈਏ ਤਾਂ ਉਸ ਉਦੇਸ਼ ਨੂੰ ਲੈ ਕੇ ਥੀਮ ਨੂੰ ਜਿਹੜਾ ਸੀਗਾ ਉਹ ਸਾਰਾ ਉਹ ਸਾਲ ਉਹ ਪ੍ਰੋਗਰਾਮ ਬਣੇ ਸਰਕਾਰਾਂ ਨੇ ਬਣਾਏ ਐਨਜੀਓਜ਼ ਨੇ ਬਣਾਏ ਬਹਿਸ ਹੋਈਆਂ ਔਰ ਬੜੇ ਵਧੀਆ ਸਿੱਟੇ ਨਿਕਲੇ ਤਾਂ ਇਸ ਤਰ੍ਹਾਂ ਦਾ ਜਿਹੜਾ 2016 ਦਾ ਜੋ ਐਤਕੀ ਦਾ ਥੀਮ ਹੈਗਾ ਇਹਦੇ ਬਾਰੇ ਅਸੀਂ ਜ਼ਰੂਰ ਜਾਣਾਂਗੇ ਪਰ ਮਾਫੀ ਚਾਹਾਂਗੇ ਇੱਕ ਦਰਸ਼ਕ ਸਾਡੇ ਵਿੱਚ ਸਾਡੇ ਨਾਲ ਜੁੜ ਗਿਆ ਹੈ ਗੱਲਬਾਤ ਜਾਰੀ ਰੱਖਾਂਗੇ ਜੀ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਗੁਰਚਰਨ ਸਿੰਘ ਖੰਨਾ ਤੋਂ ਬੋਲ ਰਹੇ ਜੀ ਜੀ ਸਵਾਗਤ ਕਰਦੇ ਹਾਂ ਇੱਦਾਂ ਹੈ ਜੀ ਜਦੋਂ ਇਹ ਬੱਚੇ ਨਾ ਜਾਂਦੇ ਆ ਮਾਰਕੀਟ ਦੇ ਵਿੱਚ ਤਾਂ ਪਬਲਿਕ ਕਹਿੰਦੀ ਹੈ ਨਹੀਂ ਮੈਂ ਬੱਚਿਆਂ ਨਾਲ ਪ੍ਰਮਾਤਮਾ ਨੇ ਕੀ ਕੀਤਾ ਮੇਰਾ ਬੱਚਾ ਵੀ ਡੈਪਡਮ ਹੈ ਤੇ ਕਿਤੇ ਅਸੀਂ ਅਦਾਰੇ ਕੋਲ ਜਾਂਦੇ ਹਾਂ ਵੀ ਸਾਡੇ ਬੱਚਿਆਂ ਨੂੰ ਨੌਕਰੀਆਂ ਤੋਂ ਇੰਨੀਆਂ ਅਪਲਾਈ ਕੀਤੀਆਂ ਹੁੰਦੀਆਂ ਨੇ ਤੇ ਉੱਥੇ ਇਹਨਾਂ ਬੱਚਿਆਂ ਨੂੰ ਕੋਈ ਨੀ ਪੁੱਛਦਾ ਹੈਗਾ ਜੇ ਤਾਂ ਸਭ ਕਹਿਣ ਦੀਆਂ ਗੱਲਾਂ ਨੇ ਗੌਰਮੈਂਟਾਂ ਦੀਆਂ ਵੀ ਹਾਂ ਇਹਨਾਂ ਵਾਸਤੇ ਰਿਜ਼ਰਵੇਸ਼ਨ ਹੈ ਹੁਣ ਅਸੀਂ ਇੱਥੇ ਐਜੂਕੇਸ਼ਨ ਡਿਪਾਰਟਮੈਂਟ ਦੇ ਅਪਲਾਈ ਕੀਤਾ ਹੋਇਆ ਸਭ ਜਗ੍ਹਾ ਤੇ ਬਹੁਤ ਜਗ੍ਹਾ ਤੇ ਅਪਲਾਈ ਕੀਤਾ ਹੋਇਆ ਇਹਨਾਂ ਨੇ ਜਨਵਰੀ ਦੇ ਵਿੱਚ ਮੰਗੀਆਂ ਸੀਗੀਆਂ ਤੇ ਵੀ ਇਹਨਾਂ ਬੱਚਿਆਂ ਨੂੰ ਅਸੀਂ ਦੇਣੀਆਂ ਨੇ ਪੋਸਟਾਂ ਦੇਣੀਆਂ ਨੇ ਪਰ ਕਿਸੇ ਨੇ ਕੋਈ ਪੋਸਟ ਨੀ ਦਿੱਤੀ ਹੁਣ ਤੱਕ ਡੈਪਡਮ ਬੱਚਿਆਂ ਨੂੰ ਬਲਾਈਂਡ ਬੱਚਿਆਂ ਨੂੰ ਦਿੱਤੀਆਂ ਨੇ ਜੀ ਜੀ ਬਿਲਕੁਲ ਸਹੀ ਇਹਨਾਂ ਨੇ ਮੁੱਦਾ ਉਠਾਇਆ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਆਪਾਂ ਇੰਟਰਨੈਸ਼ਨਲ ਲੈਵਲ ਦੀ ਵੀ ਗੱਲ ਕਰ ਰਹੇ ਵੱਡੇ ਜਿਹੜੇ ਇਹਨਾਂ ਲੋਕਾਂ ਲਈ ਬੱਚੇ ਦੀ ਪ੍ਰੋਬਲਮ ਹੈ ਵੱਡੇ ਫੈਸਲੇ ਸਾਨੂੰ ਕਰਨੇ ਪੈਣੇ ਆ ਅਸੀਂ ਜਿਹੜੀ ਐਨਜੀਓਜ਼ ਨੇ ਆਮ ਜਾਂ ਲੋਕ ਨੇ ਉਹ ਇਹੀ ਮੰਗ ਕਰ ਲੈਂਦੇ ਆ ਵੀ ਨੌਕਰੀਆਂ ਉਹ ਵੀ ਸਰਕਾਰੀ ਸਾਨੂੰ ਦਿਓ ਉਹ ਕਿੰਨੀਆਂ ਕੁ ਨੇ ਪੰਜਾਬ ਸਰਕਾਰ ਦੀ ਜਿਹੜੀ ਰਿਜ਼ਰਵੇਸ਼ਨ ਹੈ ਉਹ 3% ਹੈ ਫਾਰ ਡਿਸੇਬਲਡ ਉਹਦੇ ਲਈ ਫਿਰ ਅੱਗੇ ਪਾਲੀਟੀਸ਼ਨ ਹੈ 1% ਬਲਾਇੰਡ ਲਈ ਹੈ 1% ਜੋ ਗੂੰਗੇ ਗਏ ਡੈਫ ਐਂਡ ਡੈਮਸ ਨੇ ਉਹਨਾਂ ਲਈ ਹੈ ਔਰ 1% ਦੂਜਿਆਂ ਲਈ ਹੈ ਤਾਂ ਹੁਣ ਉਹਦੇ 'ਚ ਕੀ ਹੈ ਥੋੜ੍ਹਾ ਜਿਹਾ ਮੈਂ ਅਫਸੋਸ ਨਾਲ ਹੀ ਕਹਿਣਾ ਵੀ ਗੱਲ ਬਿਲਕੁਲ ਜੈਨੂਇਨ ਕਹਿੰਦੇ ਨੇ ਜੋ ਦਰਸ਼ਕ ਦਾ ਸਵਾਲ ਹੈ ਇਹਦੇ ਵਿੱਚ ਬਲਾਇੰਡਸ ਨੇ ਜੋ ਜਿਵੇਂ ਮੈਂ ਪਹਿਲਾਂ ਗੱਲ ਕਰੀ ਹੈ ਜੇ ਇਹਨਾਂ ਦੀ ਇੱਕ ਕਲਾ ਜਾਂਦੀ ਹੈ ਤਾਂ ਇੱਕ ਕਲਾ ਵੱਧ ਵੀ ਕੁਦਰਤ ਦਿੰਦੀ ਹੈ ਤਾਂ ਇਹ ਜ਼ਿਆਦਾ ਜਿਹੜੇ ਪੜ੍ਹ ਲਿਖ ਜਾਂਦੇ ਨੇ ਔਰ ਇਹਨਾਂ ਨੂੰ ਜ਼ਿਆਦਾ ਰੁਜ਼ਗਾਰ ਦਾ ਮੌਕਾ ਜਿਹੜਾ ਹੈਗਾ ਮਿਲ ਜਾਂਦਾ ਔਰ ਵਧੀਆ ਸੈੱਟ ਨੇ 1% ਦੇ ਡੈਫ ਐਂਡ ਡੈਮਬਾ ਜਿਹੜਾ ਉਹ ਉੱਦਾਂ ਦਾ ਹੀ ਉਹਦੀ ਸਮੱਸਿਆ ਜ਼ਿਆਦਾ ਹੈ ਉਹ ਉਹਦੀ ਪੜ੍ਹਾਈ ਲਿਖਾਈ ਲਈ ਉਹਨੇ ਉਹਨੂੰ ਸਹੂਲਤਾਂ ਜਾਂ ਕੁਦਰਤ ਦੀਆਂ ਉਹਨੇ ਉਹ ਗੇਨ ਨਹੀਂ ਕਰਦਾ ਉਹ ਪਿੱਛੇ ਰਹਿ ਜਾਂਦਾ ਅਤੇ ਜਿਹੜੇ ਬਾਕੀ ਤਰ੍ਹਾਂ ਦੇ ਅਪੰਗ ਨੇ ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਕਿਸੇ ਦੀ ਲੱਤ ਖਰਾਬ ਹੈ ਬਾਂਹ ਖਰਾਬ ਹੈ ਉਹ ਮਿਲ ਜਾਂਦੇ ਆ ਪਰ ਡੈਫ ਐਂਡ ਡੰਬ ਲਈ ਰੀਅਲੀ ਪ੍ਰੋਬਲਮ ਹੈ ਇਹਨਾਂ ਨੂੰ ਸਪੈਸ਼ਲ ਧਿਆਨ ਦੇ ਕੇ ਇਹਨਾਂ ਲੋਕਾਂ ਦੀਆਂ ਪਹਿਲਾਂ ਟ੍ਰੇਨਿੰਗ ਦੇ ਕੇ ਔਰ ਇਹਨਾਂ ਦੇ ਲਈ ਫਿਰ ਇੱਕ ਹੋਰ ਜੋ ਮੈਂ ਸੁਝਾਅ ਅੱਗੇ ਵੀ ਦੇਣਾ ਸੀਗਾ ਵੀ ਸਰਕਾਰਾਂ ਨੂੰ ਇਕੱਲਾ ਇਹ ਨਹੀਂ ਆ ਵੀ 1% ਰਿਜ਼ਰਵੇਸ਼ਨ ਦੇ ਦਿਓ ਕਈ ਵਾਰ ਮੈਂ ਦੇਖਿਆ ਵੀ ਉਹਦੇ ਵਿੱਚ ਵੀ ਦਿੱਕਤ ਆ ਰਹੀ ਹੈ ਜਿਵੇਂ ਇੰਜੀਨੀਅਰ ਹੈ ਜਿਹਨੇ ਸਾਈਟ ਇੰਸਪੈਕਟ ਕਰਨੀ ਹੈ ਉਹ ਰਿਜ਼ਰਵੇਸ਼ਨ ਹੈ ਇੰਜੀਨੀਅਰਿੰਗ ਲਈ 1% ਜੇ ਆਪਾਂ ਬਲਾਇੰਡ ਨੂੰ ਦਿੰਦੇ ਹਾਂ ਤਾਂ ਉਹ ਬਲਾਇੰਡ ਉਨਾ ਵਧੀਆ ਕੰਮ ਨਹੀਂ ਕਰ ਸਕਦਾ ਜਿੰਨਾ ਕਿ ਡੈਫ ਐਂਡ ਡੰਬ ਕਰ ਸਕਦਾ ਇੰਜੀਨੀਅਰਿੰਗ ਦੀ ਗੌਰਮੈਂਟ ਨੂੰ ਹੋਰ ਧਿਆਨ ਨਾਲ ਕਰਕੇ ਪੂਰੀ ਕਲਾਸੀਫਿਕੇਸ਼ਨ ਹੈ ਜਿਹੜੀ ਉਹ ਕਰਨੀ ਪਏਗੀ ਵੀ ਕਿਹੜੀ ਪੋਸਟ ਕਿਹੜੀ ਕੈਟੇਗਰੀ 'ਚ ਜਾਣੀ ਹੈ ਤਾਂ ਡੈਫ ਐਂਡ ਡੰਬ ਲਈ ਸਾਨੂੰ ਬਕਾਇਦਾ ਕੰਮ ਕਰਨਾ ਪੈਣਾ ਜ਼ਿਆਦਾ ਕੰਮ ਕਰਨਾ ਪੈਣਾ ਜੇ ਇਹਨਾਂ ਦੀ ਵਾਕਈ ਅਸੀਂ ਅਪਲਿਫਟਮੈਂਟ ਕਰਨੀ ਹੈ ਵੀ ਕਿਹੜੇ ਕਿਹੜੇ ਕੰਮ 'ਤੇ ਜਾਣ ਦੂਜਾ ਜੋ ਇਹਨਾਂ ਦੀ ਗੱਲ ਹੈ ਵੀ ਇਕੱਲੀ ਸਰਕਾਰੀ ਨੌਕਰੀ ਨਹੀਂ ਹੋਰ ਵੀ ਬਹੁਤ ਸਾਰੇ ਰੁਜ਼ਗਾਰ ਹੈ ਜਿਹੜੇ ਗੌਰਮੈਂਟ ਨੂੰ ਧਿਆਨ ਦੇ ਕੇ ਰਿਜ਼ਰਵ ਕਰ ਦੇਣੇ ਚਾਹੀਦੇ ਨੇ ਰੁਜ਼ਗਾਰ ਜੋ ਸਰਕਾਰੀ ਨਹੀਂ ਹੈਗੇ ਜੇ ਪਹਿਲਾਂ ਪੀਸੀਓ ਚੱਲੇ ਸੀ ਉਹਦੇ ਵਿੱਚ ਟੈਲੀਫੋਨ ਡਿਪਾਰਟਮੈਂਟ ਨੇ ਕੁਝ ਅਪੰਗਾਂ ਲਈ ਜਿਹੜੇ ਸੀਗੇ ਜਿਨ੍ਹਾਂ ਦੀਆਂ ਲੱਤਾਂ ਬਾਹਾਂ ਖਰਾਬ ਸੀ ਉਹਨਾਂ ਲਈ ਕਰਤਾ ਉਹ ਬੜੇ ਸੌਖਾ ਹੋਇਆ ਅੱਗੇ ਬਹਿ ਗਿਆ ਉਹਨੇ ਫੋਨ ਮਿਲਾ ਕੇ ਦੇ ਦੇਣਾ ਤੇ ਇਸ ਤਰ੍ਹਾਂ ਦੇ ਜਿਹੜੇ ਰੁਜ਼ਗਾਰ ਨੇ ਉਹ ਟੋਟਲੀ ਇਸ ਤਰ੍ਹਾਂ ਦੇ ਜਿਹੜੇ ਅਪੰਗ ਨੇ ਜਾਂ ਨੇਤਰਹੀਨ ਲੋਕ ਨੇ ਉਹ ਸਿਲੈਕਟ ਕਰਕੇ ਧਿਆਨ ਕਰਕੇ ਦੇਣੇ ਚਾਹੀਦੇ ਨੇ ਤਾਂ ਹੀ ਇਹ ਲੋਕ ਨੇ ਜਿਹੜੇ ਬਰਾਬਰ ਆਉਣਗੇ ਉਹਨਾਂ ਨੇ ਤਨਖਾਹਾਂ ਵੀ ਬਣ ਰਿਜ਼ਰਵੇਸ਼ਨ ਹੈ ਜਿਹੜੀ ਇਕੱਲੀ ਸਰਕਾਰੀ ਨੌਕਰੀ 'ਚ ਨਹੀਂ ਬਾਕੀ ਵੀ ਇਹ ਰੁਜ਼ਗਾਰ ਨੇ ਹੋਰ ਜਿੱਥੇ ਵੀ ਕਿਤੇ ਇਹ ਲੋਕ ਸੈੱਟ ਹੋ ਸਕਦੇ ਆ ਗੌਰਮੈਂਟ ਨੂੰ ਧਿਆਨ ਕਰਕੇ ਸਪੈਸ਼ਲ ਲੋਨ ਦੇ ਕੇ ਸਪੈਸ਼ਲ ਟੈਕਨੋਲੋਜੀ ਦੀ ਟ੍ਰੇਨਿੰਗ ਦੇ ਕੇ ਇਹਨਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਦੋਸਤਾਂ ਨੂੰ ਸੈੱਟ ਕਰਨਾ ਚਾਹੀਦਾ ਤਾਂ ਹੀ ਅਸਲੀ ਜਿਹੜਾ ਇੰਟਰਨੈਸ਼ਨਲ ਡੇ ਆ ਉਹ ਦੇਸ਼ ਦੀ ਪ੍ਰਾਪਤੀ ਹੋਏਗੀ ਉਹ ਸਫਲ ਹੋਏਗਾ ਤੇ ਕਹਿਣ ਦਾ ਮਤਲਬ ਇਹ ਚਾਹੇ ਆਮ ਆਦਮੀ ਹੋ ਜਾਏ ਚਾਹੇ ਸਰਕਾਰਾਂ ਹੋਣ ਸਾਨੂੰ ਸਾਰਿਆਂ ਨੂੰ ਰਲ ਕੇ ਉੱਦਮ ਮਾਰਨਾ ਪਵੇਗਾ ਜੇ ਇਹਨਾਂ ਦੀ ਅਸੀਂ ਜ਼ਿੰਦਗੀ ਨੂੰ ਸਵਾਰਨਾ ਹੈ ਤੇ ਸਾਡਾ ਪ੍ਰੋਗਰਾਮ ਗੱਲਾਂ ਤੇ ਗੀਤ ਸਰ ਸਾਡਾ ਇੱਕ ਗੀਤ ਦਾ ਸਮਾਂ ਹੋ ਗਿਆ ਹੈ ਆਪ ਜੁੜਦੇ ਹਾਂ ਗੀਤ ਦੇ ਨਾਲ ਰਾਮ ਦੇ ਅੰਦੇ ਅਨੂ
Thank you.